ਨਮਸਕਾਰ ਸलाम ਸਤਿ ਸ਼੍ਰੀ ਅਕਾਲ ਗੁੱਡ ਈਵਨਿੰਗ ਓਮ ਸ਼ਾਂਤੀ ਔਰ ਸਾਰਿਆਂ ਨੂੰ ਸਾਡੇ ਗੁਰੂ ਪਿਤਾ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਲੋਂ ਦਿੱਤੀ ਹੋਈ ਫਤਿਹ ਪ੍ਰਦਾਨ ਕਰੋ ਜੀ ਇੱਕ ਵਾਰੀ ਗੱਜ ਕੇ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜਦੋਂ ਜੰਗ ਦਾ ਸਮਾਂ ਹੁੰਦਾ ਹੈ ਨਾ ਉਦੋਂ ਜੈਕਾਰਿਆਂ ਦੇ ਨਾਲ ਜੰਗ ਲੜੀ ਜਾਂਦੀ ਹੈ ਸ਼ਾਇਦ ਆਪਾਂ ਨੇ ਕਰਫਿਊ ਦਾ ਜਿਹੜਾ ਇਹ ਹੁਣ ਨਵੀਂ ਪੀੜ੍ਹੀ ਸਾਡੀ ਹਾਈ ਹੈ ਇਹਨਾਂ ਨੂੰ ਕਰਫਿਊ ਬਾਰੇ ਨੌਲੇਜ ਨਹੀਂ ਸੀ ਪਰ ਹੁਣ ਹੋ ਗਈ ਹੈ ਹੁਣ ਨਵੀਂ ਪੀੜ੍ਹੀ ਨੂੰ ਜੰਗ ਦੀ ਵੀ ਨੌਲੇਜ ਨਹੀਂ ਹੈ ਕਿ ਜੰਗ ਕਿਵੇਂ ਲੜੀ ਜਾਂਦੀ ਹੈ ਲੜਾਈਆਂ ਆਮ ਹੁੰਦੀਆਂ ਜੰਗ ਦਾ ਤਰੀਕਾ ਲੱਗ ਹੈ ਛਪੇ ਚੰਦ ਪੁਚੰਗ ਪ੍ਰਯਤ ਛੰਦ ਤੋ ਪ੍ਰਸਾਦ ਇਹ ਜਿਹੜੇ ਛੰਦ ਲਿਖੇ ਨੇ ਜੰਗਾ ਦੇ ਨਾਲ ਲਿਖੇ ਗਏ ਨੇ ਧਰਮ ਯੁੱਧ ਦਾ ਚਾ ਹੁਣ ਜਿਹੜਾ ਜਕਾਰਾ ਹੁਣ ਤੁਸੀਂ ਲਗਾਓਗੇ ਉਹ ਜਕਾਰਾ ਲਾਓ ਜਿਹੜਾ ਪਹਿਲਾ ਮਰਨ ਕਬੂਲ ਕਰਦਾ ਹੈ ਇੱਕ ਵਾਰੀ ਗੱਜ ਕੇ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖੋ ਦੇਖੋ ਸਮਾ ਮੈਂ ਉਰੇ ਇੱਥੇ ਪੂਰੇ 11 ਵਜੇ ਪਹੁੰਚ ਗਿਆ ਸੀ ਤੇ 11 ਵਜੇ ਤੋਂ ਬਾਅਦ ਹੁਣ ਸਾਡਾ ਸਮਾ ਆਇਆ ਤੇ ਕਾਫੀ ਸੰਗਤਾਂ ਇੱਥੇ ਪਹੁੰਚੀਆਂ ਨੇ ਤੇ ਮੈਂ ਜਾਦਾ ਸਮਾ ਨਾਲ ਲੈਂਦਿਆਂ ਹੋਇਆਂ ਕੁਝ ਕੁ ਵਿਚਾਰਾ ਕਰਨਿਆਂ ਨੇ ਆਉਣ ਵਾਲੇ ਸਮੇਂ ਦੀਆਂ ਮੋਦੀ ਦਾ ਪਿੱਟ ਸਿਆਪਾ ਦਾ ਚਲੋ ਪਾਈ ਰਹੇ ਆਪਾਂ ਸਾਰੇ ਪਰ ਕੁਝ ਆਉਣ ਵਾਲੀ ਚੀਜ਼ਾਂ ਦਾ ਵੀ ਆਪਾਂ ਨੂੰ ਜਾਣਕਾਰੀ ਰੱਖਣੀ ਚਾਹੀਦੀ ਆ। ਕੀ ਆਪਾਂ ਨੋਟ ਬੰਦੀ ਲਈ ਤਿਆਰ ਸੀ? ਪਰ ਸਾਡੇ ਤੇ ਲਾਗੂ ਹੋ ਗਈ। ਕੀ ਅਸੀਂ ਕਰੋਨਾ ਵਾਇਰਸ ਲਈ ਤਿਆਰ ਸੀ? ਉਹ ਵੀ ਲਾਗੂ ਹੋ ਗਿਆ। ਜਿਹੜਾ ਤੁਗਲਕਾਬਾਦ ਦੇ ਅੰਦਰ ਰਵਿਦਾਸ ਮੰਦਿਰ 500 ਸਾਲ ਪੁਰਾਣਾ ਢਾਇਆ ਗਿਆ ਸੀ ਕਿ ਉਸ ਲਈ ਤਿਆਰ ਸੀ ਐਸਸੀ ਐਂਡ ਐਸਟੀ ਐਕਟ ਪਾਸ ਕੀਤਾ ਗਿਆ ਉਸ ਲਈ ਤਿਆਰ ਸੀ 370 ਤਾਂ ਹਾਲੇ ਤਿਆਰ ਸੀ ਕਸ਼ਮੀਰ ਜਿੰਨੇ ਵੀ ਆਰਗੂਮੈਂਟ ਜਿੰਨੇ ਵੀ ਬਿਲ ਪਾਸ ਕੀਤੇ ਗਏ ਨੇ ਉਸ ਲਈ ਕੋਈ ਤਿਆਰੀ ਨਹੀਂ ਸੀ ਪਰ ਸਰਕਾਰ ਤਿਆਰ ਸੀ ਸੋਇਸ ਕਰਕੇ ਭਾਵੇਂ ਅਥਰਵਾ ਵੇਦ ਪੜ ਲਓ ਭਾਵੇਂ ਭਵਿਸ਼ਯਪੁਰਾਨ ਪੜ ਲਓ ਭਾਵੇਂ ਕਲਕੀ ਪੁਰਾਨ ਪੜ ਲਓ ਭਾਵੇਂ ਆਪਾ ਜਸਮ ਗ੍ਰੰਥ ਸਾਹਿਬ ਦੀ ਬਾਣੀ ਪੜ ਲਓ 500 ਪਵਿੱਖ ਵਚਨ ਪੜ ਲਓ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ 100 ਸਾਖੀ ਪੜ ਲਓ ਉਹਦੇ ਵਿੱਚ ਆਉਣ ਵਾਲੇ ਸਮੇਂ ਦੀ ਸਾਰੀ ਜਾਣਕਾਰੀ ਦਿੱਤੀ ਹੋਈ ਹੈ ਆ ਜਿਹੜਾ ਮੈਂ ਪਹਿਰਾਵਾ ਇਹ ਪਾਇਆ ਹੋਇਆ ਹੈ ਇਹ ਸੰਕੇਤ ਹੈ ਜੀ ਆ ਜਿਵੇਂ ਮਾਸਗਾ ਆਪਾਂ ਲਾਇਆ ਹੋਇਆ ਨਾ ਇਹ ਸੰਕੇਤ ਹੈ ਥਾਲੀਆਂ বাজਾਈਆਂ ਸੀ ਸੰਕੇਤ ਹੈ ਇਹ ਸੰਕੇਤ ਇਹ ਦਿੰਦਾ ਹੈ ਆਉਣ ਵਾਲੀਆਂ ਸਰਕਾਰਾਂ ਨੇ ਸਾਨੂੰ ਘਰਾਂ ਦੇ ਵਿੱਚੋਂ ਕੱਢ-ਕੱਢ ਕੁੱਟਣਾ ਹੈ ਇਹ ਮੈਂ ਨਹੀਂ ਕਹਿੰਦਾ ਭਵਿੱਖ ਪੁਰਾਣ ਚ ਲਿਖਿਆ ਹੋਇਆ ਤੇ ਅੱਜ ਕੱਲ ਗੂਗਲ ਦਾ ਜ਼ਮਾਨਾ ਹੈ ਸਾਇੰਸ ਦਾ ਜ਼ਮਾਨਾ ਹੈ ਤੇ ਗੁਰਮੁਖੋ ਜਿਹੜੀ ਸਾਇੰਸ ਦੀ ਮੈਂ ਇੱਕ ਟੋਪਿਕ ਦੇ ਉੱਤੇ ਗੱਲ ਕਰਾਂਗਾ ਉਸ ਤੋਂ ਬਾਅਦ ਆਪਾਂ ਅਗਲੀ ਗੱਲ ਛੇੜਨੀ ਹੈ ਥੋੜੇ ਸਮੇਂ 'ਚ ਜਿਆਦਾ ਗੱਲਾਂ ਕਰਨ ਦੀ ਕੋਸ਼ਿਸ਼ ਕਰਾਂਗਾ ਪਰ ਸਾਰੇ ਨੂੰ ਸਮਝ ਆ ਜਾਵੇ ਇਸ ਲਈ ਇਕਾਗਰਤਾ ਬਖਸ਼ੋ ਵੀਰੋ ਮੈਂ ਆਪਣੀਆਂ ਖੋਜਾਂ ਤੁਹਾਡੇ ਸਾਹਮਣੇ ਰੱਖਣ ਲੱਗਿਆ ਹੋਇਆ ਮੈਂ ਵੀ ਮੋਦੀ ਦਾ ਜਾਗਰਣ ਕਰ ਸਕਦਾ ਕਵਿਤਾ ਸੁਣਾ ਸਕਦਾ ਮੋਦੀ ਦੇ ਉੱਤੇ ਪਰ ਉਹਦਾ ਫਾਇਦਾ ਹਜੇ ਕੋਈ ਨਹੀਂ ਹੈ ਫਾਇਦਾ ਸਾਨੂੰ ਇੱਕ ਕੰਡੀਸ਼ਨ ਨਾਲ ਨਿਪਟਣ ਦਾ ਹੈ ਅਗਰ ਕੱਲ ਨੂੰ ਸਾਡਾ ਇਹ ਬਿਲ ਪਾਸ ਨਹੀਂ ਹੁੰਦਾ ਕਿ ਆਪਾਂ ਅਗਲੀ ਤਿਆਰੀ ਲਈ ਤਿਆਰ ਆ ਆਪਣੇ ਵਿੱਚ ਸਾਰੇ ਬੁੱਧੀਜੀਵੀ ਬੋਲ ਕੇ ਜਾਂਦੇ ਨੇ ਸਾਰੇ ਹੌਸਲਾ ਬਜਾਈ ਕਰਕੇ ਜਾਂਦੇ ਨੇ ਵਾਰਾ ਪੜ ਕੇ ਜਾਂਦੇ ਨੇ ਯੋਧਿਆਂ ਦੀਆਂ ਕੀ ਕੋਈ ਇੱਕ ਐਸਾ ਸ਼ਖਸ ਹੈ ਓਰੇ ਜਿਹੜਾ ਇਹ ਕਹਿ ਸਕਦਾ ਹੈ ਕਿ ਮੇਰੇ ਕੋਲ ਇੱਕ ਐਸਾ ਨੁਕਤਾ ਹੈ ਕਿ ਜਿਹਦੇ ਨਾਲ ਸਰਕਾਰ ਆ ਗੁੱਟ ਨੇ ਸਾਡੇ ਗੋਡੇ ਆ ਥੱਲੇ ਡਿੱਗ ਜੇਗੀ ਇਹ ਇੱਥੇ ਇਕੱਠ ਹੈ ਪਰ ਇੱਥੇ ਮੈਂ ਇੱਕ ਚੀਜ਼ 4 ਘੰਟੇ ਚ ਇੱਕ ਨੋਟ ਕਰਦਾ ਸੀਗਾ ਆਪਾਂ ਇੱਕ ਦੂਜੇ ਵੱਲ ਤਾਂ ਦੇਖ ਕੇ ਇੱਕ ਦੂਜੇ ਨੂੰ ਪਸੰਦ ਨਹੀਂ ਕਰ ਰਹੇ ਇਕੱਠ ਹੋਇਆ ਹੋਇਆ ਕੱਠ ਦੇ ਅੰਦਰ ਔਰ ਏਕੇ ਦੇ ਅੰਦਰ ਬੜਾ ਫਰਕ ਹੈ ਭਾਈ ਜਿਹੜਾ ਕੱਠ ਹੁੰਦਾ ਹੈ ਨਾ ਉਹ ਤਾਂ ਬਹੁਤ ਹੁੰਦਾ ਹੈ ਕੀ ਉਸ ਕੱਠ ਦੇ ਅੰਦਰ ਏਕਾ ਹੈ ਹੁਣ ਇੱਥੇ ਆਪਾਂ ਇੱਕ ਦੂਜੇ ਵੱਲ ਆਪਾਂ ਨੌਜਵਾਨ ਵੀਰ ਆਏ ਨੇ ਤਾਂ ਸਾਡੇ ਬਜ਼ੁਰਗਾਂ ਨੂੰ ਚਾਹੀਦਾ ਸੀ ਉਹਨਾਂ ਨੂੰ ਹੌਸਲਾ ਵਜਾਈ ਕਰੀਏ ਉਹਨਾਂ ਦੀ ਇੱਕ ਦੂਜੇ ਨੂੰ ਮਿਲਣਾ ਜ਼ਰੂਰੀ ਹੈ ਇੱਕ ਦੂਜੇ ਦੀ ਗੱਲਬੱਕੜੀਆਂ ਵਿੱਚ ਪੈਣਾ ਜ਼ਰੂਰੀ ਹੈ ਇਸ ਨਾਲ ਕੀ ਹੋਏਗਾ ਸਾਡਾ ਜੋਸ਼ ਜਾਗੇਗਾ ਭਾਵੇਂ ਕੋਈ ਵੀਰ ਹਿੰਦੂ ਹੈ ਭਾਵੇਂ ਕੋਈ ਮੁਸਲਮਾਨ ਹੈ ਇੱਕ ਤਜਰਬਾ ਮੇਰਾ ਕਰਕੇ ਦੇਖ ਲਿਓ ਤੁਸੀਂ ਰੋਜ਼ ਪੰਜ ਪਾੜ ਚੰਡੀ ਦੇ ਸੁਣ ਕੇ ਦੇਖ ਲਓ ਹਫਤੇ ਬਾਅਦ ਮੇਰੇ ਨਾਲ ਗੱਲ ਕਰ ਲਿਓ ਤੁਹਾਨੂੰ جنگ ਦੇ ਸਾਰੇ ਨੁਕਤੇ ਆਉਣ ਵਾਲੇ ਸਮਾਸਾਰਾ ਤੁਹਾਨੂੰ ਪਤਾ ਲੱਗਦਾ ਜਾਏਗਾ ਜਿਹੜੀ ਸਾਇੰਸ ਹੈ ਸਾਇੰਸ ਨੇ ਅ ਸਾਇੰਸ ਨੇ 900 ਗੈਜਟ ਬਣਾਏ ਨੇ ਉਦਾਹਰਨ ਤੌਰ ਤੇ 99% ਗੈਜਟ ਆਪਾਂ ਇਸਤੇਮਾਲ ਕਰਦੇ ਆ ਆ ਮਾਈਕ੍ਰੋਫੋਨ ਹੋ ਗਿਆ ਫੋਨ ਹੋ ਗਿਆ ਪੰਖੇ ਹੋ ਗਏ ਲਾਈਟਾਂ ਹੋ ਗਈਆਂ ਸਾਰਾ ਸਿਸਟਮ ਆਪਾਂ ਯੂਜ਼ ਕਰਦੇ ਆ ਆ ਜਿਹੜੀ EVM ਮਸ਼ੀਨ ਹੈ ਵੋਟਰ ਮਸ਼ੀਨ ਹੈ ਅਗਰ ਇਹਦੇ ਤੇ ਕੰਪਲੀਟਾ ਆਪਾਂ ਚੈੱਕ ਕਰਾਂਗੇ ਹਜ਼ਾਰਾਂ ਕੰਪਲੀਟਾ ਮਿਲ ਜਾਣਗੇ 50 ਸਾਲਾਂ ਚ 30 ਸਾਲਾਂ ਚ ਪਰ ਫਿਰ ਵੀ ਉਹ EVM ਮਸ਼ੀਨ ਇਸਤੇਮਾਲ ਕੀਤੀ ਜਾਂਦੀ ਹੈ ਜਿਹਦੇ ਦੇ ਕੰਪਲੀਟਾ ਨੇ ਹੁਣ ਇੱਕ ਲਾਈ ਡਿਟੈਕਟਰ ਟੈਸਟ ਹੈ ਲਾਈ ਡਿਟੈਕਟਰ ਟੈਸਟ ਹੈ ਉਹ ਵੀ ਸਾਇੰਸ ਦਾ ਗੈਜਟ ਹੈ ਤੇ ਮੌਜੂਦਾ ਸਰਕਾਰ ਉਹਨੂੰ ਇਸਤੇਮਾਲ ਕਿਉਂ ਨਹੀਂ ਕਰਦੀਆਂ ਕਿਉਂ ਸਰਕਾਰ ਹੈ ਉਹ ਝੂਠ ਦੇ ਉੱਤੇ ਖੜੀ ਤਾਂ ਲਾਈ ਡਿਟੈਕਟਰ ਦੀ ਉੱਤੇ ਕੀ ਲੋੜ ਹੈ ਲਾਈ ਡਿਟੈਕਟਰ ਜਿਹੜਾ ਟੈਸਟ ਹੈ ਹੁਣ ਮੈਂ ਇੱਥੇ ਕਹਾਂ ਤੁਹਾਨੂੰ ਅਗੇ ਜੀ ਮੈਂ ਬੜਾ ਸੱਚਾ ਜੀ ਮੈਂ ਬੜੀ ਹਮਦਰਦੀ ਰੱਖਦਾ ਮੈਂ ਕਿਸਾਨਾਂ ਦੇ ਨਾਲ ਖੜਿਆ ਆ ਆਪਾਂ ਭੋਲੇ ਪਾਲਿਆ ਮੰਨ ਲੈਂਦੇ ਆ हां जी ਸੱਚੇ ਬੋਲਦਾ ਹੁਣ ਜਿਵੇਂ ਭਗਵੰਤ ਮਾਤਾ ਦੀ ਇੱਕ ਗੱਲ ਯਾਦ ਆ ਗਈ ਮੇਰੇ ਉਹ ਕਹਿੰਦਾ ਸੀ ਕਹਿੰਦਾ ਇੱਕ ਜ਼ਿਮੀਦਾਰ ਖੇਤਾਂ ਚ ਉਹ ਕਰਦਾ ਸੀ ਕੰਮ ਕਰਦਾ ਸੀ ਤੇ ਇੱਕ ਬੱਸ ਲੀਡਰਾਂ ਦੀ ਭਰ ਕੇ ਆਈ ਉਹ ਟੋਏ ਚ ਗਿਰ ਗਈ ਤਾਂ ਭਗਵੰਤ ਮਾਲ ਕਹਿੰਦਾ ਉਹ ਜ਼ਿਮੀਦਾਰ ਨੇ ਮਿੱਟੀ ਪਾਤੀ ਉਹ ਮਿੱਟੀ ਪਾਣ ਨਾਲ ਬੱਸ ਦਬਦੀ ਤਾਂ ਕੁਝ ਦਿਨਾਂ ਬਾਅਦ ਸਰਚ ਟੀਮ ਆ ਗਈ ਉਹਨੇ ਪੁੱਛਿਆ ਐਦਾ ਐਦਾ ਦੀ ਬੱਸ ਦੇਖੀ ਆ ਕਹਿੰਦਾ ਜੀ ਇੱਥੇ ਗਿਰ ਗਈ ਸੀ ਟੋਏ ਚ ਕਹਿੰਦਾ ਸਾਰੇ ਮਰ ਗਏ ਤੇ ਕਹਿੰਦਾ ਨਾ ਵੀ ਪੱਤੀ ਰੋਲਾ ਪਾਉਂਦੇ ਸੀ ਹਮ ਅਭੀ ਜਿੰਦਾ ਹੈ ਹਮੇ ਨਾ ਦਬਾਓ ਮੈਂ ਸੋਚਿਆ ਲੀਡਰ ਹੈ ਝੂਠੇ ਬੋਲਦੇ ਨੇ ਮਿੱਟੀ ਪਾਓ ਉਹ ਲੀਡਰ ਆ ਦੀ ਉਹ ਗੱਲਾਂ ਕਰ ਕਰਕੇ ਆਪ ਲੀਡਰ ਬਣ ਗਿਆ ਹੁਣ ਉਹ ਵੀ ਕਿਤੇ ਉਹ ਜਿਆ ਲੀਡਰ ਤਾਂ ਨਹੀਂ ਹੋਇਆ ਝੂਠਾ ਗੁਰਮੁਖੋ ਜਿੰਨੇ ਵੀ ਆਪਣੇ ਲੀਡਰ ਸਨਮਾਨਯੋਗ ਹੈ ਪਰ ਲਾਈ ਡਿਟੈਕਟਰ ਹਰ ਇੱਕ ਦਾ ਹੋਣਾ ਚਾਹੀਦਾ ਹੈ 2020 ਦੇ ਅੰਦਰ ਖਾਲਸੇ ਰਾਜ ਦੀ ਸਥਾਪਨਾ ਹੋਣੀ ਹੈ ਮੈਂ ਨਹੀਂ ਕਹਿੰਦਾ ਦਸ਼ਮ ਗ੍ਰੰਥੇ ਚ ਲਿਖਿਆ ਹੋਇਆ ਹੈ ਆਪਾਂ ਨੂੰ ਸਾਇੰਸ ਨੇ ਸਭ ਤੋਂ ਪਹਿਲਾਂ ਤੋੜਿਆ ਰੱਬ ਨਾਲੋਂ ਤੇ ਜੋੜਿਆ ਆਪਣੇ ਨਾਲ ਅੱਜ ਸਾਡੀ ਕੰਡੀਸ਼ਨ ਬੜੀ ਖਰਾਬ ਹੋ ਚੁੱਕੀ ਹੈ ਕੱਲੇ ਕਿਸਾਨਾਂ ਕਿਸਾਨਾਂ ਨੂੰ ਹੀ 31 ਪਾਰਟੀਆਂ ਬਣ ਗਈਆਂ ਨੇ ਇੱਥੇ ਬੀਬੀ ਸਰਿੰਦਰ ਕੋਲ ਕੋਰ ਲੋਂਗੋ ਵਾਲਾ ਕੇ ਇੱਕ ਗੱਲ ਸੋਹਣੀ ਕਹਿ ਕੇ ਗਏ ਸੀ ਮੈਂ ਸੁਣਿਆ ਸੀ ਅੱਜ 30-32 ਦਿਨਾਂ ਤੋਂ ਮੈਂ ਸੁਣਦਾ ਆ ਰਿਹਾ ਸਭ ਦੀ ਸਭ ਦੀ ਸਪੀਚ ਸੁਣੀ ਹੈ ਉਹਨਾਂ ਨੇ ਇੱਕ ਗੱਲ ਕਹੀ ਸੀ ਕਹਿੰਦੇ ਇੱਕ ਝੰਡੇ ਥੱਲੇ ਇਕੱਠੇ ਹੋਣਾ ਭਾਵੇਂ ਕੋਈ Hindu ਹੈ ਮੁਸਲਮਾਨ ਹੈ ਹੁਣ ਮੈਂ ਤਾਂ ਜਿਨ੍ਹਾਂ ਨੇ ਆਨ NRC ਵਿਲੇ ਧਰਨੇ ਲਾਇਏ ਸੀ ਸ਼ਾਹੀਨ ਬਾਗ ਦੇ ਉੱਥੇ ਵੀ ਮੈਂ ਪਹੁੰਚਿਆ ਸੀ ਉੱਥੇ ਵੀ ਮੈਂ ਇਹ ਗੱਲ ਕਹੀ ਸੀ ਆ ਕੇ ਉੱਥੇ ਮੈਨੂੰ ਕੀ ਰਿਜ਼ਲਟ ਮਿਲਿਆ ਉੱਥੇ ਜਿਹੜੇ بڑے بڑے ਸੀਗੇ ਨਾ ਲੋਕ ਸ਼ਾਹੀਨ ਬਾਗ ਦੇ ਵਿੱਚ بڑے بڑے ਅਮੀਰ ਲੋਕ ਸੀ ਉਹਨਾਂ ਨੇ ਜਦੋਂ ਮੇਰੀ ਗੱਲ ਸੁਣੀ ਉਹਨਾਂ ਨੇ ਮੈਨੂੰ ਸੈਟ ਕਰ ਦਿੱਤਾ ਕਿਉਂ ਕਿਉਂਕਿ ਮੈਂ ਗੱਲ ਉਹ ਕਰਦਾ ਆ ਜਿਹੜੀ ਲੌਜੀਕਲ ਹੈ ਜਿਹਨੂੰ ਨੌਜਵਾਨ ਪੀੜ੍ਹੀ ਬਹੁਤ ਤਰੀਕੇ ਨਾਲ ਸਮਝ ਲਵੇਗੀ ਅਨਪੜ੍ਹ ਤੋਂ ਅਨਪੜ੍ਹ ਬੰਦਾ ਸਮਝ ਲੇਗਾ ਲਾਈਟ ਡਿਟੈਕਟਰ ਸਿੰਪਲ ਜੀ ਗੱਲ ਹੈ ਕੋਈ ਕਹਿੰਦਾ ਕਿ ਮੈਂ ਤੁਹਾਡੇ ਲਈ ਜਾਨਵਾਰ ਦਾਵਾ ਮੈਂ ਕੁਰਬਾਨ ਉਹਨੂੰ ਤੇਰਾ ਆਓ ਜੀ ਲਾਈਟ ਡਿਟੈਕਟਰ ਕਰਾਓ ਹਾਈ ਹਾਈ ਕੋਰਟ ਦੇ ਵਿੱਚ ਲਾਈਟ ਡਿਟੈਕਟਰ ਮਸ਼ੀਨਾਂ ਨੂੰ ਧੂਲ ਲੱਗੀ ਪਈ ਹੈ ਕੋਈ ਇਸਤੇਮਾਲ ਨਹੀਂ ਕਰਦਾ ਸਾਇੰਸ ਨੇ ਕੀਆ ਕਰਿਆ ਸਾਰੇ ਗੈਜਟ ਬਣਾਏ ਤੇ ਇਹ ਵੀ ਲਾਈਟ ਡਿਟੈਕਟਰ ਵੀ ਬਣਾਇਆ ਤੇ ਉਹ ਆਪਾਂ ਇਸਤੇਮਾਲ ਨਹੀਂ ਕਰਦੇ ਪਤਾ ਕਿਉਂ ਕਿ ਜਿਹੜਾ ਸਾਡਾ ਆਈਪੀਐਸ ਹੈ ਕਨਸਟੀਟਿਊਸ਼ਨ ਹੈ ਜੋ ਸਾਡਾ ਕਾਨੂੰਨ ਹੈ ਮੈਂ ਉਹਦੇ ਖਿਲਾਫ ਨਹੀਂ ਹੈ ਪਰ ਬਣਾਇਆ ਕਿਨਾਂ ਨੇ ਇਹ ਸਾਨੂੰ ਪਤਾ ਹੈ ਉਹ ਬ੍ਰਿਟਿਸ਼ ਲਾਅ ਹੈ ਬ੍ਰਿਟਿਸ਼ ਲਾਅ 1920 ਤੋਂ ਸਰਕਾਰੀ ਨੌਕਰ ਰੱਖਿਆ ਗਿਆ 1 ਰੁਪਏ ਨਾਲ ਚਾਰ ਬੰਦੇ 10 ਬੰਦੇ ਖਾਂਦੇ ਸੀ ਇੱਕ ਬੰਦਾ ਕਮਾਉਂਦਾ ਸੀ ਹਰ 20 ਸਾਲਾਂ ਬਾਅਦ 10 ਗੁਣਾ ਪੈਸਾ ਹੋ ਹੀ ਗਿਆ 1940 ਹੋ ਗਿਆ 10 ਰੁਪਏ 1960 'ਚ 100 ਰੁਪਇਆ 1980 ਦੇ ਅੰਦਰ ਹੋ ਗਿਆ ਇਹ 1000 ਰੁਪਇਆ ਤੇ 2000 ਦੇ ਅੰਦਰ 10000 ਰੁਪਇਆ ਘਰ ਦਾ ਖਰਚਾ 10000 ਤੋਂ ਬਾਅਦ ਵੀ ਨਾ ਪੂਰਾ ਖਰਚਾ ਕਰਕੇ 4-5000 ਰੁਪਇਆ ਬਚ ਜਾਂਦਾ ਸੀ ਇੱਕ ਬੰਦਾ ਕਮਾਉਂਦਾ ਸੀ ਸਾਰੇ ਖਾਂਦੇ ਸੀ ਹੁਣ 2010 ਤੇ 2020 20 ਸਾਲਾਂ ਬਾਅਦ ਇੱਕ ਜ਼ੀਰੋ ਐਡ ਕਰੋ ਲੱਖ ਰੁਪਇਆ ਖਰਚਾ ਆ ਜਿਹੜੀ ਮੁਲਾਜ਼ਮ ਨੇ ਪੁਲਿਸ ਜਿਹੜੀ ਪੁਲਿਸ ਆਪਣੇ ਮੁਲਾਜ਼ਮ ਨੇ ਇਹਨਾਂ ਦੀ ਜਿਹੜੀ ਤਨਖਾਹ ਬਣਦੀ ਹੈ ਨਾ ਜੋ ਅਧਿਆਤਮਿਕ ਕਾਨੂੰਨ ਜਿਹੜਾ ਬਣਾਇਆ ਸੀ ਧਾਰਮਿਕ ਕਾਨੂੰਨ ਦੇ ਹਿਸਾਬ ਨਾਲ ਜਿਹੜੀ ਇਹਨਾਂ ਦੀ ਤਨਖਾਹ ਬਣਦੀ ਹੈ 5.5 ਲੱਖ ਰੁਪਏ ਇਸ ਹਵਲਦਾਰ ਦੀ ਬਣਦੀ ਹੈ ਕੱਲੇ ਹਵਲਦਾਰ ਦੀ ਸਰਕਾਰੀ ਤਨਖਾਹ ਜਿੱਥੇ ਮਰਜ਼ੀ ਕੋਈ ਵੀ ਸੀਏ ਹੋ ਗਿਆ ਮੇਰੇ ਕੋਲ ਬੈਠ ਕੇ ਗੱਲ ਕਰ ਸਕਦਾ ਮੈਂ ਪੂਰੇ ਪ੍ਰੈਕਟੀਕਲ ਪ੍ਰੂਫ ਕਰਾਂਗਾ ਇਸ ਚੀਜ਼ ਦਾ ਸੋ ਗੁਰਮਖੋ ਹੁਣ ਗੱਲ ਇਹ ਹੈ 31 ਟੁਕੜੀਆਂ ਸਾਡੀਆਂ ਹੋ ਗਈਆਂ ਦੇਸ਼ ਸਾਡਾ ਪੂਰਾ ਜਿਹੜਾ ਹਿੰਦੁਸਤਾਨ ਭਾਰਤ ਹੈ ਇਹ 32 ਟੁਕੜਿਆਂ 'ਚ ਵੰਡ ਗਿਆ ਕੱਲਾ ਪੰਜਾਬ ਵੀ 32 ਟੁਕੜਿਆਂ 'ਚ ਵੰਡਿਆ ਹੋਇਆ ਹੁਣ ਮੈਂ ਜ਼ਿਆਦਾ ਡੀਪਲੀ ਨਹੀਂ ਗੱਲ ਕਰਨਾ ਚਾਹੁੰਦਾ ਜੋ ਜੋ ਆਉਣ ਵਾਲੀਆਂ ਗੱਲਾਂ ਐ ਇਹ ਸਾਰੀਆਂ ਮੈਂ ਇੱਕ ਚੈਨਲ ਬਣਾਇਆ ਹੋਇਆ ਉਹਦੇ ਤੇ ਮੈਂ ਸਾਰੀ ਲਾਗੂ ਕੀਤੀਆਂ ਹੋਈਆਂ ਨੇ ਆਉਣ ਵਾਲਾ ਸਮਾ ਉਹਦੇ ਵਿੱਚ ਕਿਵੇਂ-ਕਿਵੇਂ ਹੋਣਾ ਕਿਵੇਂ ਨੌਜਵਾਨਾਂ ਨੂੰ ਵੀਰਾਂ ਨੂੰ ਬੇਨਤੀ ਆ ਭਾਈ 96 ਕਰੋੜ ਸਿੰਘ ਸਜਣ ਦਾ ਸਮਾਂ ਆ ਗਿਆ ਤੇ ਨੌਜਵਾਨ ਵੀਰੋ ਆਪਣੇ ਹੱਥਾਂ ਦੇ ਵਿੱਚ ਸ਼ਸਤਰ ਜਦ ਤੱਕ ਨਹੀਂ ਚੱਕੋਗੇ ਆਜ਼ਾਦੀ ਨਹੀਂ ਮਿਲੀ ਕਿਹੜਾ ਇਤਿਹਾਸ ਇੱਕ ਦਿਖਾ ਦਿਓ ਬਿਨਾਂ ਸ਼ਸਤਰਾਂ ਤੋਂ ਤੇ ਬਿਨਾਂ ਅਮਰਤ ਛੱਕ ਤੋਂ ਆਜ਼ਾਦੀ ਮਿਲੀ ਹੋਵੇ ਕਿਸ ਨੂੰ ਕੋਈ ਇੱਕ ਜਰਨਲ ਦਿਖਾ ਦਿਓ 450 ਸਾਲਾਂ ਦੇ ਅੰਦਰ ਜਿਹੜਾ ਕੋਈ ਅਮਰਤ ਨਹੀਂ ਛਕਿਆ ਹੋਵੇ ਉਹ ਰਾਜ ਕਰਕੇ ਗਿਆ ਹੋਵੇ ਆਜ਼ਾਦੀ ਜਿਹੜੀ ਮਿਲਣੀ ਹੈ ਉਹ ਸ਼ਸਤਰਾਂ ਨਾਲ ਹੀ ਮਿਲਣੀ ਹੈ ਤੇ ਸ਼ਸਤਰਧਾਰੀ ਹੋਵੋ ਦੇਖੋ ਸਾਨੂੰ ਤਾਂ ਲਾਇਸੈਂਸ ਤਾਂ ਦੇਣੀ ਨਹੀਂ ਸਰਕਾਰ ਨੇ ਬਿਆਂਜੀ ਬੰਦੂਖਾ ਲੈ ਲਈਏ ਇਹ ਤੀਰ ਕਮਾਨ ਹੈ ਇਹਦੀ ਰੇਂਜ ਬੜੀ ਵਧੀਆ ਆ ਜੇ ਪ੍ਰੈਕਟੀਕਲ ਟੈਕਨੀਕਲ ਤਰੀਕੇ ਨਾਲ ਆਪਾਂ ਅਭਿਆਸ ਕਰਾਂਗੇ ਤੇ ਕਿਲੋਮੀਟਰ ਤੇ ਵੀ ਵਾਰ ਕਰਦਾ ਸੋ ਇਸ ਕਰਕੇ ਆਪਾਂ ਸ਼ਸਤਰਧਾਰੀ ਹੋਈਏ ਔਰ ਬਾਣੀ ਜਿਆਦਾ ਪੜੀਏ ਵੱਧ ਤੋਂ ਵੱਧ ਬਾਣੀ ਪੜੇ ਚੰਡੀ ਦੀ ਵਾਰ ਦਾ ਪਾਠ ਵੱਧ ਤੋਂ ਵੱਧ ਕਰੋ ਸਮਾ ਬੜਾ ਨੇੜੇ ਆ ਗਿਆ ਖਾਲਸਾ ਰਾਜ ਸਥਾਪਿਤ ਹੋਣ ਜਾ ਰਿਹਾ ਆ ਤੇ ਹੌਸਲਾ ਰੱਖਣਾ ਪੈ ਸਾਰਿਆਂ ਨੇ ਬਾਣੀ ਵੱਧ ਤੋਂ ਵੱਧ ਪੜੋ ਸੋ ਇਨਿਕ ਮੇਰੀ ਬੇਨਤੀ ਪ੍ਰਵਾਨ ਕਰਿਓ ਹੁਣ ਮੈਂ ਚੱਕਰਵਰਤੀ ਹੋ ਕੇ ਅੱਜ ਮੈਂ ਅੱਜ ਹੀ ਬਾਣਾ ਪਾਇਆ ਹੈ ਅੱਜ ਬਾਣਾ ਮੈਂ ਸੋਚ ਕੇ ਇਸ ਕਰਕੇ ਪਾਇਆ ਇਹ ਚੀਜ਼ਾਂ ਮੈਂ ਬਹੁਤ 6 ਮਹੀਨੇ ਪਹਿਲਾਂ ਤਿਆਰ ਕੀਤੀਆਂ ਹੋਈਆਂ ਸੀ ਕਿਆਂ ਤੋਂ ਉਹ ਇਹ ਉਪਦੇਸ਼ ਦੇਣ ਲਈ ਤੁਹਾਨੂੰ ਬਾਣਾ ਪਾਇਆ ਹੈ ਕੀ ਆਪ ਜੀ ਸਾਰੇ ਨੌਜਵਾਨ ਵੀਰੋ ਤੁਸੀਂ ਆਓ ਆਪਣੇ ਆਪਣੇ ਛਾਤੀਆਂ ਦੇ ਨਾਪ ਦਿਓ ਤੁਸੀਂ ਉਹ 56 ਇੰਚ ਦੀ ਛਾਤੀ ਨਹੀਂ ਚਾਹੀਦੀ ਸਾਨੂੰ 30 40 ਛਾਤੀ ਵੀ ਕੰਮ ਕਰ ਜੂ ਪ੍ਰਯੋਧਾ ਹੋਣਾ ਚਾਹੀਦਾ ਸੋ ਇਸ ਕਰਕੇ ਸਾਰੇ ਵੀਰ ਨੌਜਵਾਨ ਆਪਣੇ ਆਪਣੇ ਛਾਤੇ ਦੇ ਨਾਪ ਸਾਡੇ ਇੱਕ ਚੈਨਲ ਬਣਿਆ ਹੋਇਆ VPS ਕਲਕੀ ਦੇ ਨਾਂ ਤੇ ਚੈਨਲ ਆਪਾਂ ਚਲਾ ਰਹੇ ਹਾਂ ਤਾਂ ਉਹ VPS ਕਲਕੀ ਦੇ ਚੈਨਲ ਦੇ ਉੱਤੇ ਆਪਾਂ ਕਾਫੀ ਭਵਿੱਖਵਾਨੀਆਂ ਜਿਹੜੀਆਂ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀਤੀਆਂ ਹੋਈਆਂ ਉਹ ਆਪਾਂ ਪਾਈਆਂ ਹੋਈਆਂ ਨੇ ਤੇ ਇੱਕ ਲਾਸਟ ਗੱਲ ਲੈ ਕੇ ਮੈਂ ਸਮਾਪਤੀ ਕਰਾਂਗਾ ਸਾਰੇ ਵੀਰ ਨੈਟਵਰਕ ਨੂੰ ਮੰਨਦੇ ਆ ਜੀ ਇੰਟਰਨੈਟ ਨੂੰ ਆਪਣੇ ਗੂਗਲ ਓਨ ਕਰੋ ਉਹਦੇ ਚ ਲਿਖੋ ਇੱਕ ਗੱਲ ਇੰਡੀਆ ਨੰਬਰ 1 ਕ੍ਰਿਮੀਨਲ ਕਰਕੇ ਦੇਖੋ ਕੀ ਆਏਗਾ ਵੀਰੋ ਇੱਕ ਵਾਰ ਕਰਕੇ ਦੇਖੋ ਕੋਈ ਇੱਕ ਵੀਰ ਕਰਕੇ ਕਰ ਦੱਸੇ ਮੈਨੂੰ ਕੀ ਆਏਗਾ ਇੰਡੀਆ ਨੰਬਰ 1 ਕ੍ਰਿਮੀਨਲ ਯਾ ਤਾਂ ਗੂਗਲ ਝੂਠ ਆ ਜਾਂ ਮੋਦੀ ਝੂਠ ਹੈ। ਅੱਛਾ ਹੁਣ ਆਪਾਂ ਕਾਂਗਰਸ ਦੀ ਗੱਲ ਕਰ ਲਈਏ। ਇੰਡੀਆ ਨੰਬਰ 1 ਥੀਫ ਚੋਰ ਰਾਹੁਲ ਗਾਂਧੀ। ਸੋ ਗੁਰਮੁਖੋ ਇਤੋਂ ਜਾਗ ਗਏ। ਇੰਟਰਨੈਟ ਦਾ ਜ਼ਮਾਨਾ ਜ਼ਰੂਰ ਹੈ। ਆ ਇੰਟਰਨੈਟ ਵੀ ਬੰਦ ਹੋ ਜਾਏਗਾ। ਆ ਬੈਂਕਾਂ ਦੇ ਵਿੱਚੋਂ ਪੈਸਾ ਪਿਆ ਹੈ। ਮੈਂ ਨਹੀਂ ਕਹਿ ਰਿਹਾ ਮੁਰਲੀ ਕਹਿ ਰਹੀ ਹੈ ਜਿਹੜੀ ਆਪਣੀ ਇਹ ਪੰਜਵਾਂ ਧਰਮ ਜਿਹੜਾ ਚੱਲਦਾ ਹੈ ਨਾ ਜਿਹਦੇ ਵਿੱਚ ਬ੍ਰਹਮ ਕੁਮਾਰੀ ਆਸ਼ਰਮ ਆ ਉਹਦੀ ਡੇਲੀ ਮੁਰਲੀ ਆਂਦੀ ਹੈ। ਉਹ ਪਵਿਖਵਾਨੀਆਂ ਸਾਰੀਆਂ ਉਹਦੇ ਚ ਲਿਖੀਆਂ ਹੋਈਆਂ ਉਹਦੇ ਚ ਇਹ ਲਿਖਿਆ ਹੋਇਆ ਕਿ ਸਾਰੇ ਬੈਂਕ ਬੰਦ ਹੋ ਜਾਣੇ ਜਿੰਨਾ ਪੈਸਾ ਬੈਂਕਾਂ ਚ ਪਿਆ ਉਹ ਸਰਕਾਰ ਨੇ ਜ਼ਬਤ ਕਰ ਲੈਣਾ 2000 ਦੇ ਨੋਟ ਜਿੱਦਾਂ ਹੋਏ ਸੀਗੇ ਉਹ ਕੰਮ ਹੋਣ ਵਾਲਾ ਹੈ ਤਿਆਰ ਰਹੋ ਆਪਣੇ ਆਪ ਨੂੰ ਤਿਆਰ ਰੱਖੋ ਵੱਧ ਤੋਂ ਵੱਧ ਬਾਣੀ ਪਰੋ ਸ਼ਸਤਰ ਅਭਿਆਸ ਕਰੋ ਬਾਕੀ ਮੈਂ ਤੋਂ ਬੋਲਣ ਲੱਗਾ ਕੋਈ ਭੁੱਲਾ ਚੁੱਕਾ ਦੀ ਉਹ ਮੈਂ ਖਿਮਾ ਮੰਗਦਾ ਹੈ ਕੋਈ ਸ਼ਬਦ ਕੋਈ ਗੁਰਮਤ ਤੋਂ ਉਲਟ ਬੋਲਿਆ ਹੋਵੇ ਉਸ ਲਈ ਮਾਫੀ ਹੈ ਬਾਕੀ ਜੋ ਸ਼ਬਦ ਆਉਣ ਵਾਲੇ ਸਮੇਂ ਲਈ ਤਿਆਰ ਸਾਨੂੰ ਕਰਦਾ ਹੈ ਦੇਖੋ ਜੰਗ ਯੋਧਿਆਂ ਨੇ ਲੜਨੀ ਹੈ ਅ ਯੋਧਿਆਂ ਦੀ ਜਿੱਤ ਹੁੰਦੀ ਹੈ ਮੋਹ ਧਰਮ ਯੁੱਧ ਕਾ ਚਾਹੇ ਸੂਰਾਸੋ ਪਹਿਚਾਨੀਏ ਆਹ ਸ਼ਲੋਕ ਬੋਲ ਕੇ ਆਪਾਂ ਸਮਾਪਤੀ ਕਰੀਏ ਸੂਰਾਸੋ ਪਹਿਚਾਨੀਏ ਪਰਜਾ ਪਰਜਾ ਕਟ ਮਰੇ ਕਭੂ ਨਾ ਛਾਡੇ ਕਭੂ ਨਾ ਛਾਡੇ ਨਿਸ਼ਚੈ ਕਰ ਆਪਣੀ ਨਿਸ਼ਚੈ ਕਰ ਆਪਣੀ ਨਿਸ਼ਚੈ ਕਰ ਆਪਣੀ ਤੇ ਮੈਂ ਤਾਂ ਆਪਣੀ ਮਾਤਾ ਜੀ ਨੂੰ ਕਹਿ ਕੇ ਮੇਰੇ ਕੋਲ ਤਾਂ ਜ਼ਮੀਨ ਵੀ ਨਹੀਂ ਹੈ ਭਾਈ ਪਰ ਫਿਰ ਵੀ ਮੈਂ ਸ਼ਹੀਦ ਹੋਣ ਲਈ ਖੜਾ ਹੋ ਗਿਆ ਸਭ ਤੋਂ ਪਹਿਲਾ ਸ਼ਹੀਦ ਹੋਣ ਲਈ ਇਹ ਡਰਾਮੇਬਾਜ਼ ਨਹੀਂ ਆ ਕੋਈ ਇੱਥੇ ਕੀ ਆਜੀ ਤੀਰ ਚੱਕ ਕੇ ਮਗਰਾ ਤੂੰ ਮੂੰਹ ਚੱਕ ਕੇ ਇੱਧਰ ਨੂੰ ਆ ਗਿਆ ਇਹ ਸਾਰੇ ਮੈਂ ਵੀ ਐਗਰੂਮੈਂਟ ਕਰਕੇ ਆਇਆ ਘਰੇ ਆਪਣੇ ਕਿ ਅਸੀਂ ਤਾਂ ਸ਼ਹੀਦ ਹੋਣ ਚਲੇ ਮੈਂ ਆਪਣਾ ਕਾਰੋਗਾਰ ਬੰਦ ਕਰ ਲਿਆ ਜਿਹੜੇ ਮੇਰਾ ਸੀਗਾ ਬਜਟ ਉਹ ਸਾਰਾ ਬਜਟ ਇਕੱਠਾ ਕਰਕੇ 105 ਨਹੰਗ ਸਿੰਘਾਂ ਦਾ ਖਰਚਾ ਮੈਂ 6 ਮਹੀਨੇ ਲਈ ਚੱਕ ਸਕਦਾ ਵਾਂ ਉਹਨਾਂ ਦਾ ਖਾਣਾ ਪੀਣਾ ਉਹ ਇੱਥੇ ਆ ਰਹੇ ਨਹੀਂ ਫੌਜਾਂ ਅੱਜ ਤਾਂ ਮੈਂ ਸਿਰਫ ਜੱਜਮੈਂਟ ਲੈਣ ਲਈ ਆਇਆ ਸੀਗਾ ਕਿ ਆਪਾਂ ਨੂੰ ਕਿੰਨੀਕ ਸੰਗਤ ਹੋਰ ਚਾਹੀਦੀ ਹੈ ਬਾਕੀ ਮੇਰੇ ਪੁਲਿਸ ਮੁਲਾਜ਼ਮ ਵੀਰਾਂ ਨੂੰ ਮੇਰਾ ਬੜਾ ਧੰਨਵਾਦ ਹੈ ਪਰ ਉਹਨਾਂ ਉਹਨਾਂ ਨੂੰ ਆਉਣ ਵੇਲੇ ਸੰਭੇ ਲਈ ਮੈਂ ਕਹਿਣ ਲੱਗਿਆ ਵਾਂ ਕਿ 6 6 ਸਾਥ ਸਾਥ ਮੇ ਨਹੀਂ ਤਨਖਾਹ ਰੁਕਣ ਵਾਲੀਆਂ ਨੇ ਵੀਰੋ ਤੇ ਤੁਸੀਂ ਵੀ ਥੋੜਾ ਜਿਹਾ ਧਿਆਨ ਰੱਖੋ ਆਪਣੇ ਇਹਨਾਂ ਵੀਰਾਂ ਦਾ ਧਿਆਨ ਰੱਖੋ ਇਹ ਜਿਹੜੀਆਂ ਵੀਰ ਇਹ ਵੀਰ ਖੜੇ ਨੇ ਨਾ ਇਹਨਾਂ ਦਾ ਸਾਥ ਦਿਓ ਤੇ ਜਿਵੇਂ ਉਹਨੂੰ ਲਾਸਟ ਗੱਲ ਕਹਿ ਕੇ ਸਮਾਪਤੀ ਜਿਵੇਂ ਟਾਸਕ ਫੋਰਸ ਨੇ ਕੀਆ ਕਰਿਆ ਉਹ ਸਾਨੂੰ ਮਾਰਨ ਵਾਤੇ ਸਾਡੀ ਪ੍ਰਾਖੜੇ ਕਰਦੇ ਨੇ ਸਾਡੇ ਮੂਰੇ ਅ ਟਾਸਕ ਫੋਰਸ ਨੇ ਕੀ ਕੀਤਾ ਉਹ ਪਰਲੇ ਅਕਾਲ ਮਹਾਕਾਲ ਦੇ ਪਰਲੇ ਤੱਕ ਹੱਥ ਪਹੁੰਚ ਗਏ ਨੇ ਨਾ ਟਾਸਕ ਫੋਰਸਾਂ ਦੇ ਕੋਈ ਗੱਲ ਨਹੀਂ ਅਗਰ ਕਿਸੇ ਗੱਲ ਦੀ ਸਾਧ ਸੰਗਤ ਦੀ ਇੱਕ ਕੜਾਹਾ ਮੈਂ ਦੇਖ ਕੇ ਆਇਆ ਕੜਾਹਾ ਛੋਟੀ ਜੀ ਗੱਲ ਕਰਕੇ ਸਮਾਪਤੀ ਕੜਾਹਾ ਦੇਖਿਆ 5 ਕੁਇੰਟਲ ਦਾ ਕੜਾਹਾ ਹੈ ਮੇਰੇ ਖਿਆਲ ਦੇ 50 60 ਬੰਦੇ ਇਕੱਠੇ ਫੂਕ ਸਕਦੇ ਆਪਾਂ ਉਹਦੇ ਅੰਦਰ ਤੇਲ ਪਾ ਕੇ ਕਿਉਂਕਿ ਆਣ ਵਾਲਾ ਸਮਾਂ ਇਹੀ ਆ ਵਾਹਿਗੁਰੂ ਨੇ ਇਹੀ ਸਿਖਾਇਆ ਸਾਨੂੰ ਸੋ ਗੁਰਮਖੋ ਆਓ ਇੱਥੇ ਆਪਾਂ ਸਮਾਪਤੀ ਕਰੀਏ ਤੋ ਬਾਦ ਤੋਂ ਬਾਦ ਨਾਮ ਜਪੀਏ ਕਹਿੰਦੇ ਜ਼ਿੰਦਗੀ ਦਾ ਪਹਾੜਾ ਹੈ ਇੱਕ ਦਾ ਹਾ ਦਾ 10 ਤੱਕ ਗਿਣਤੀ ਕਰਾਂਗਾ ਉਸ ਤੋਂ ਬਾਅਦ ਸਮਾਪਤੀ ਇੱਕ ਦਾ ਹਾ ਦਾ ਉਹ ਲੈ ਕੇ ਜਨਮ ਗਵਾਇਆ ਪੱਲੇ ਕੱਖ ਵੀ ਨਾ ਪਾਇਆ ਨਾਮ ਕਿਹੜੇ ਵੇਲੇ ਜਪਣਾ ਦੋ ਦਾ ਵੀ ਮੰਗੇ ਪੁੱਤਰ ਅਤੇ ਤੀ ਲੱਗਦਾ ਕੱਲੀ ਦਾ ਨਾ ਜੀ ਉਨਾਮ ਕਿਹੜੇ ਵੇਲੇ ਜਪਣਾ ਤਿੰਨ ਦਾਤੀ ਮਿਲ ਗਏ ਪੁੱਤਰ ਅਤੇ ਤੀ ਕੱਲੇ ਮਾਇਆ ਕਰੂ ਕੀ ਉਹ ਨਾਮ ਕਿਹੜੇ ਵੇਲੇ ਜਪਣਾ ਚਾਰ ਦਾ 40 ਗਲ ਚ ਪੈ ਗਈ ਆ ਪੰਜਾਲੀ ਮਤ ਤੀਆਂ ਪੁੱਤਾਂ ਨੇ ਖਾਲੀ ਉਹ ਨਾਮ ਕਿਹੜੇ ਵੇਲੇ ਜਪਣਾ ਪੰਜ ਦਾ 50 ਲੈ ਤੀਆਂ ਪੁੱਤ ਵਿਆ ਸਿਰ ਉੱਪਰ ਲੀਤਾ ਲਾਲ ਉਹ ਨਾਮ ਕਿਹੜੇ ਵੇਲੇ ਜਪਣਾ 6 ਦਾ 60 ਸਾਰੇ ਹੋ ਗਏ ਵੱਖੋ ਵੱਖ ਬਾਪੂ ਮਾਰ ਮੱਥੇ ਤੇ ਹੱਥ ਉਹ ਨਾਮ ਕਿਹੜੇ ਵੇਲੇ ਜਪਣਾ 7 ਦਾ 70 ਸਾਰੇ ਹੋ ਗਏ ਤਿੱਤ ਬਿੱਤ ਨਾ ਕੋਈ ਸੱਜਣ ਨਾ ਕੋਈ ਮਿੱਤ ਉਹ ਨਾਮ ਕਿਹੜੇ ਵੇਲੇ ਜਪਣਾ 8 ਦਾ 80 ਮੰਗੇ ਦੁੱਧ ਤੇ ਮਿਲਦੀ ਲੱਸੀ ਉਹ ਗੱਲ ਸੱਚ ਸਿਆਣਿਆਂ ਦੱਸੀ ਉਹ ਨਾਮ ਕਿਹੜੇ ਵੇਲੇ ਜਪਣਾ 9 10 90 ਮੰਜਾ ਵਿੱਚ ਦਿਓੜੀ ਫੱਬੇ ਉਹ ਬਾਬਾ ਦੇਖੇ ਸੱਜੇ ਖੱਬੇ ਉਹ ਨਾਮ ਕਿਹੜੇ ਵੇਲੇ ਜਪਣਾ 10 10 10 ਦੱਸਦਾ ਸੋ ਦੱਸਦਾ ਸੋ ਓ ਬਾਬਾ ਗਿਆ ਲੰਬੀਆਂ ਸੋ ਸਾਰੇ ਵਾਹਿਗੁਰੂ ਕੋ ਨਾਮ ਕਿਹੜੇ ਵੇਲੇ ਜਪਣਾ